ਜੀ ਭਾਈ ਜਾਨ ਕੀ ਨਾਂ ਤੁਹਾਡਾ? ਗੁਲਾਮ ਮੁਹੰਮਦ। ਗੁਲਾਮ ਮੁਹੰਮਦ, ਗੁਲਾਮ ਮੁਹੰਮਦ ਕਿਉਂ ਨਾਂ ਤੁਹਾਡਾ? ਮੁਹੰਮਦ ਦਾ ਗੁਲਾਮ। ਕਿੰਨੇ ਰੱਖਿਆ? ਵਾਲਦੈਨ ਨੇ। ਅੱਛਾ, ਨਾਂ ਤੁਹਾਡਾ ਮੁਹੰਮਦ ਦਾ ਗੁਲਾਮ ਤੇ ਪਰ ਚਿਹਰਾ ਮੁਹੰਮਦ ਹੀ ਨਹੀਂ ਲੱਗ ਰਿਹਾ। ਲੱਗ ਰਿਹਾ ਕਿਉਂ ਲੱਗ ਰਿਹਾ? ਨਹੀਂ ਭਾਜੀ, ਨਹੀਂ ਐਵੇਂ ਨਾ ਕਰੋ। ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਨਿਹਾਰ ਮੂੰਹ ਕਿੰਨੇ ਅੰਡੇ ਖਾ ਸਕਦੇ ਹੋ? 12। ਨਿਹਾਰ ਮੂੰਹ 12 ਅੰਡੇ ਖਾ ਕੇ ਪਚਾ ਵੀ ਲਓਗੇ? ਪਚਾ ਲਾਂਗੇ। ਸ਼ਾਦੀ ਹੋਈ ਆ? ਨਹੀਂ ਨਹੀਂ ਭਾਈ ਜਾਨ, ਅੱਲਾ ਦਾ ਵਾਸਤਾ ਫਿਰ 12 ਅੰਡੇ ਨਾ ਖਾਇਆ। ਜੀ ਭਾਈ ਜਾਨ ਕੀ ਨਾਂ ਤੁਹਾਡਾ? ਮੁਹੰਮਦ ਰਾਸ਼ਦ। ਰਾਸ਼ਦ, ਤੁਸੀਂ ਸਾਨੂੰ ਜ਼ਰਾ ਇਹ ਦੱਸੋ ਕਿ ਤੁਸੀਂ ਨਿਹਾਰ ਮੂੰਹ ਖਾਲੀ ਪੇਟ ਕਿੰਨੇ ਅੰਡੇ ਖਾ ਸਕਦੇ? ਨਿਹਾਰ ਮੂੰਹ ਖਾਲੀ ਪੇਟ? ਸੁਬੋ, ਨਿਹਾਰ ਮੂੰਹ ਕਿੰਨੇ ਅੰਡੇ ਖਾ ਸਕਦੇ? ਦੋ ਅੰਡੇ ਖਾ ਸਕਦੇ। ਦੋ ਅੰਡੇ? ਭਾਈ ਜਾਨ ਤੁਸੀਂ ਕਿੰਨੇ ਅੰਡੇ ਖਾ ਸਕਦੇ ਹੋ ਨਿਹਾਰ ਮੂੰਹ? ਮੈਂ ਵੀ 3-4 ਖਾ ਲਾਂਗਾ। 3-4 ਅੰਡੇ ਖਾ ਲਓਗੇ? ਡਨ ਡਨ। ਅਸਲਾਮ ਅਲੈਕੁਮ। ਵਾਲੇਕੁਮ। ਭਾਈ ਜਾਨ ਕੀ ਨਾਂ ਤੁਹਾਡਾ? ਮੇਰਾ ਨਾਂ ਜੀ ਮੁਹੰਮਦ ਨਦੀਮ। ਮੁਹੰਮਦ ਨਦੀਮ, ਅੱਛਾ ਇਹ ਦੱਸੋ ਕਿ ਤੁਸੀਂ ਸੁਬੋ ਨਿਹਾਰ ਮੂੰਹ ਕਿੰਨੇ ਅੰਡੇ ਖਾ ਸਕਦੇ ਹੋ? ਨਿਹਾਰ ਮੂੰਹ ਤਾਂ ਇੱਕੋ ਹੀ ਹੁੰਦਾ ਬਸ, ਜਿਹੜਾ ਖਾ ਸਕਦੇ। ਨਹੀਂ ਦੇਖੋ ਨਾ, ਬਾਜ਼ ਦਫਾ ਇਹ ਹੁੰਦਾ ਕਿ ਨਹੀਂ ਤੁਸੀਂ ਖਾ ਹੀ ਇੱਕ ਸਕਦੇ ਹੋ, ਮਾਸ਼ਾਅੱਲਾ ਤੁਹਾਡੀ ਸਿਹਤ, ਕੱਦ ਕਾਠ, ਜਸਾਮਤ। ਮਸਲਾ ਇਹ ਹੈਗਾ ਕਿ ਮੈਂ ਅੰਡੇ ਖਾਂਦਾ ਹੀ ਨਹੀਂ। ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਸੁਬੋ ਖਾਲੀ ਪੇਟ, ਮਤਲਬ ਜਿਹਨੂੰ ਨਿਹਾਰ ਮੂੰਹ ਕਿਹਾ ਜਾਂਦਾ ਸਾਡੇ ਪਿਓਰ ਪੰਜਾਬੀ 'ਚ, ਨਿਹਾਰ ਮੂੰਹ ਤੁਸੀਂ ਉਬਲੇ ਹੋਏ ਕਿੰਨੇ ਅੰਡੇ ਖਾ ਸਕਦੇ? ਮੈਂ ਅੰਡੇ ਡਾਕਟਰ ਨੇ ਜਦੋਂ ਪੈਦਾ ਹੋਇਆ ਸੀ ਉਦੋਂ ਹੀ ਮੇਰਾ ਮੂੰਹ ਦੇ ਕੇ ਗਿਆ ਭਾਈ ਜਾਨ ਤੁਸੀਂ ਨੀ ਅੰਡੇ ਖਾਣੇ, ਤੇ ਮੈਂ ਤਾਂ ਉਦੋਂ ਦਾ ਨਹੀਂ ਖਾਂਦਾ। ਅੱਛਾ ਅੱਛਾ, ਤੁਸੀਂ ਮੈਨੂੰ ਇਹ ਦੱਸੋ ਤੁਸੀਂ ਕਿੰਨੇ ਖਾ ਸਕਦੇ? ਨਹੀਂ ਮੈਂ ਤਾਂ ਨਹੀਂ ਖਾ ਸਕਦਾ। ਨਿਹਾਰ ਮੂੰਹ ਨਹੀਂ ਖਾ ਸਕਦਾ? ਨਹੀਂ ਖਾ ਸਕਦਾ। ਕੇਲੇ ਕਿੰਨੇ ਖਾ ਸਕਦੇ? ਕੇਲੇ 2-3 ਕੇਲੇ ਖਾ ਸਕਦੇ। ਨਿਹਾਰ ਮੂੰਹ? ਨਿਹਾਰ ਮੂੰਹ। ਭਾਈ ਜਾਨ ਤੁਸੀਂ ਨਿਹਾਰ ਮੂੰਹ ਕਿੰਨੇ ਅੰਡੇ ਜਾਂ ਕੇਲੇ ਖਾ ਸਕਦੇ? ਭਾਈ ਕੇਲੇ ਖਾ ਸਕਦੇ ਹਾਂ, ਇੱਕ ਦੋ ਅੰਡੇ ਨਹੀਂ ਖਾਏ ਜਾਂਦੇ। ਅੰਡੇ ਨਹੀਂ ਖਾਏ ਜਾਂਦੇ, ਕੇਲੇ 2 ਖਾ ਲਓਗੇ? ਜੀ 2 ਖਾ ਲਏ। ਜੀ ਭਾਈ ਜਾਨ ਤੁਸੀਂ ਨਿਹਾਰ ਮੂੰਹ ਕਿੰਨੇ ਕੇਲੇ ਖਾ? ਅੱਲਾ ਦੇ ਬੰਦੇ ਕੋਈ ਮਸਲਾ ਨਹੀਂ ਤੁਹਾਡਾ, ਬੇਸ਼ੱਕ ਮੂੰਹ ਅੰਡੇ ਵਗੈਰਾ, ਲੇਕਿਨ ਕੋਈ ਇਸ਼ੂ ਨਹੀਂ ਤੁਸੀਂ ਮਤਲਬ ਨਿਹਾਰ ਮੂੰਹ ਇਹਦੀ ਜਿੰਨੀ ਸਿਹਤ ਹੈ ਦਰਜਾ ਨਹੀਂ ਖਾ ਲਏ। ਮੈਂ ਉਹ ਤਾਂ ਪੁੱਛ ਰਿਹਾ ਕਿੰਨੇ ਖਾ ਸਕਦੇ? ਕੇਲੇ ਖਾ ਲੈਣ। ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਨਿਹਾਰ ਮੂੰਹ 12 ਅੰਡੇ ਖਾ ਸਕਦੇ ਹੋ, ਅਗਰ ਇੱਕ ਅੰਡਾ ਖਾ ਲਿਆ ਤੇ ਨਿਹਾਰ ਤਾਂ ਤੁਸੀਂ ਨਾ ਰਹਿ? ਮੇਰੀ ਗੱਲ ਸੁਣ ਤੇ ਫਿਰ 12 ਦਾ ਕੀ ਮਕਸਦ? ਮੇਰਾ ਸਵਾਲ ਸੀ ਕਿ ਨਿਹਾਰ ਮੂੰਹ ਕਿੰਨੇ ਅੰਡੇ ਖਾ ਸਕਦੇ ਹੋ? ਜਦੋਂ ਤੁਸੀਂ ਇੱਕ ਅੰਡਾ ਖਾ ਲਿਆ ਨਿਹਾਰ ਮੂੰਹ ਤਾਂ ਖਤਮ ਹੋ ਗਿਆ, ਤੇ ਫਿਰ 11 ਅੰਡੇ ਤਾਂ ਤੁਸੀਂ ਖਾਏ ਤੋਂ ਖਾਧੇ ਨਿਹਾਰ ਮੂੰਹ, ਤੇ ਤੁਹਾਡਾ ਸਵਾਲ ਤਾਂ ਜਵਾਬ ਤਾਂ ਗਲਤ ਹੋ ਗਿਆ। ਗਲਤ ਹੋ ਗਿਆ ਮੇਰੇ ਜਾਹਲੋ, ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਤੁਸੀਂ ਇੱਕ ਅੰਡਾ ਖਾ ਲਿਆ ਉਸ ਤੋਂ ਬਾਅਦ ਨਿਹਾਰ ਮੂੰਹ ਤਾਂ ਤੁਸੀਂ ਰਹਿ ਹੀ ਨਹੀਂ? ਅੱਛਾ ਯਾਰ, ਵੈਸੇ ਮੈਂ ਇੱਕ ਗੱਲ ਦੱਸਾਂ, ਤੁਸੀਂ ਸਾਰੇ ਫਸ ਗਏ ਹੋ। ਪੁੱਛੋ ਕਿਸ ਤਰ੍ਹਾਂ? ਨਿਹਾਰ ਮੂੰਹ ਤੁਸੀਂ 3 ਅਕੇਲੇ ਕਿਹਾ, ਮੈਨੂੰ ਇੱਕ ਗੱਲ ਦੱਸੋ, ਅਗਰ ਇੱਕ ਅਕੇਲਾ ਖਾ ਲਿਆ ਨਿਹਾਰ ਮੂੰਹ ਤਾਂ ਖਤਮ ਹੋ ਗਿਆ, ਤੇ ਫਿਰ 3 ਅਕੇਲੇ ਕਿੱਥੋਂ ਆ ਗਏ? 2 ਅਕੇਲੇ ਕਿੱਥੋਂ ਆ ਗਏ? ਜੀ ਭਾਈ ਜਾਨ ਫਸ ਗਏ ਨਾ,